ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਸਿੰਘ ਤੁਹਾਡਾ ਆਪਣਾ ਹੋਸਟ ਤੇ ਦੋਸਤ ਤੇ ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ। ਯਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਇੱਕ ਨੌਜਵਾਨ ਵੇਟ ਕਰਦਾ ਪਿਆ ਸੀ ਪੰਜਾਬ ਪੁਲਿਸ ਦੀ ਭਰਤੀ ਦੀ। ਸੋ ਹਾਲ ਹੀ ਵਿੱਚ ਹੁਣ ਪੰਜਾਬ ਪੁਲਿਸ ਦੀ ਭਰਤੀ ਆ ਚੁੱਕੀ ਹੈ, ਜਿਸ ਦੇ ਚੱਲਦਿਆਂ ਹੀ ਨੌਜਵਾਨਾਂ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ। ਹਰ ਇੱਕ ਨੌਜਵਾਨ ਚਾਹੁੰਦਾ ਹੈ ਕਿ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋ ਜਾਵੇ ਤੇ ਆਪਣੇ ਚਾਹਵਾਂ ਨੂੰ ਪੂਰਾ ਕਰੇ। ਸੋ ਹਾਲ ਹੀ ਵਿੱਚ ਸੋਸ਼ਲ ਐਕਟਿਵ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਦਰਸ਼ਨਾ ਕੌਰ ਸਿੱਧੂ ਲਾਈਵ ਹੋਈ ਹੈ ਤੇ ਦਰਸ਼ਨਾ ਕੌਰ ਸਿੱਧੂ ਨੇ ਪੰਜਾਬ ਪੁਲਿਸ ਦੀ ਭਰਤੀ ਬਾਰੇ ਕੀ ਗੱਲਬਾਤ ਕੀਤੀ ਹੈ, ਆਓ ਤੁਹਾਨੂੰ ਪੂਰੀ ਵੀਡੀਓ ਵੱਲ ਲੈ ਚੱਲਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਜਿਹੜੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਦੇ ਫਾਰਮ ਨੇ ਉਹ ਓਪਨ ਹੋ ਗਏ ਨੇ, ਜਿਨ੍ਹਾਂ ਦੀ ਲਾਸਟ ਡੇਟ 15 ਅਗਸਤ ਹੈ। ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਪਲੱਸ ਟੂ ਕਰ ਲਈ ਹੈ, ਮੁੰਡਿਆਂ ਦੀ ਹਾਈਟ 5'7" ਤੇ ਕੁੜੀਆਂ ਦੀ ਹਾਈਟ ਹੈਗੀ ਹੈ 5'2", ਉਹ ਆਪਣੇ ਕਿਸੇ ਵੀ ਨੇੜੇ ਦੇ ਕੈਫੇ ਤੋਂ ਜਾ ਕੇ ਫਾਰਮ ਨੇ ਜਿਹੜੇ ਆਨਲਾਈਨ ਅਪਲਾਈ ਕਰ ਸਕਦੇ ਨੇ। ਤੇ ਜਰਨਲ ਲਈ ਡਾਕੂਮੈਂਟ ਨੇ 10th ਦਾ ਸਰਟੀਫਿਕੇਟ, ਪਲੱਸ ਟੂ ਦਾ ਸਰਟੀਫਿਕੇਟ, ਆਧਾਰ ਕਾਰਡ ਤੇ ਇੱਕ ਪਾਸਪੋਰਟ ਸਾਈਜ਼ ਫੋਟੋ। SC ਤੇ OBC ਲਈ ਨੇ ਕਾਸਟ ਸਰਟੀਫਿਕੇਟ, 10th ਦਾ ਸਰਟੀਫਿਕੇਟ, ਪਲੱਸ ਟੂ ਦਾ ਸਰਟੀਫਿਕੇਟ, ਆਧਾਰ ਕਾਰਡ ਤੇ ਇੱਕ ਪਾਸਪੋਰਟ ਸਾਈਜ਼ ਫੋਟੋ। ਬਾਕੀ ਹੋਰ ਜਾਣਕਾਰੀ ਲਈ ਸਾਡੀਆਂ ਅਗਲੀਆਂ ਵੀਡੀਓ ਨੂੰ ਜ਼ਰੂਰ ਦੇਖੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਦਰਸ਼ਨਾ ਕੌਰ ਸਿੱਧੂ, ਪੰਜਾਬ ਪੁਲਿਸ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ। ਲਗਭਗ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਦੇ ਜਿਹੜੇ ਫਾਰਮ ਨੇ ਉਹ ਸ਼ੁਰੂ ਹੋ ਚੁੱਕੇ ਨੇ, ਜਿਨ੍ਹਾਂ ਦੀ ਲਾਸਟ ਡੇਟ ਹੈ ਜਿਹੜੀ ਉਹ 15 ਅਗਸਤ ਹੈ। ਜਿਨ੍ਹਾਂ ਜਿਨ੍ਹਾਂ ਨੇ ਪਲੱਸ ਟੂ ਪਾਸ ਕਰ ਲਈ ਹੈ, ਮਤਲਬ ਤੁਹਾਡੇ ਕੋਲ ਪਲੱਸ ਟੂ ਦਾ ਜਿਹੜਾ ਓਰਿਜਨਲ ਸਰਟੀਫਿਕੇਟ ਹੈਗਾ, ਉਹ ਮੁੰਡਿਆਂ ਦੀ ਹਾਈਟ 5'7" ਤੇ ਕੁੜੀਆਂ ਦੀ 5'2" ਹੈ, ਉਹ ਕਿਸੇ ਵੀ ਕੈਫੇ ਤੋਂ ਜਾ ਕੇ ਔਨਲਾਈਨ ਫਾਰਮ ਨੇ ਜਿਹੜੇ ਉਹ ਅਪਲਾਈ ਕਰ ਸਕਦੇ ਨੇ। ਤੁਹਾਨੂੰ ਦੱਸ ਦੇਈਏ ਕਿ ਫਾਰਮ ਭਰਨ ਲਈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ। ਜਰਨਲ ਲਈ ਚਾਹੀਦੇ ਨੇ ਆਧਾਰ ਕਾਰਡ, 10th ਦਾ ਸਰਟੀਫਿਕੇਟ, ਪਲੱਸ ਟੂ ਦਾ ਸਰਟੀਫਿਕੇਟ ਅਤੇ ਇੱਕ ਤੁਹਾਡੀ ਪਾਸਪੋਰਟ ਸਾਈਜ਼ ਫੋਟੋ। ਅਤੇ SC ਅਤੇ OBC ਲਈ ਹੈਗਾ ਆਧਾਰ ਕਾਰਡ, ਤੁਹਾਡਾ ਕਾਸਟ ਸਰਟੀਫਿਕੇਟ, 10th ਦਾ ਸਰਟੀਫਿਕੇਟ, ਪਲੱਸ ਟੂ ਦਾ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ। ਅਤੇ ਐਗਜ਼ਾਮ ਬਾਰੇ ਦੱਸ ਦਈਏ ਕਿ ਇਹਨਾਂ ਨੇ ਸਿਲੇਬਸ ਹੈ ਜਿਹੜਾ ਉਹ ਕੀ ਦਿੱਤਾ ਗਿਆ, ਮਤਲਬ ਕਿਹੜਾ ਪੇਪਰ ਕਿਹੜੇ ਟੋਪਿਕ 'ਤੇ ਕਿੰਨੇ ਨੰਬਰ ਦਾ ਆਵੇਗਾ। ਜਿਹੜਾ ਜਰਨਲ ਨੌਲੇਜ ਹੈ ਉਹ ਤੁਹਾਨੂੰ 35 ਨੰਬਰ ਦੀ ਆਵੇਗੀ, ਅਤੇ ਮੈਥ ਹੈ ਜਿਹੜਾ ਉਹ 20 ਨੰਬਰ ਦਾ ਆਵੇਗਾ, ਰੀਜ਼ਨਿੰਗ ਹੈ ਜਿਹੜੀ ਉਹ ਵੀ 20 ਨੰਬਰ ਦੀ ਆਵੇਗੀ, ਪੰਜਾਬੀ ਵਿਆਕਰਨ 10 ਨੰਬਰ ਦੀ ਆਵੇਗੀ, ਅਤੇ ਜਿਹੜੀ ਇੰਗਲਿਸ਼ ਵਿਆਕਰਨ ਹੈ ਉਹ ਵੀ 10 ਨੰਬਰ ਦੀ ਆਵੇਗੀ, ਅਤੇ ਕੰਪਿਊਟਰ ਹੈ ਜਿਹੜਾ ਉਹ 5 ਨੰਬਰ ਦਾ ਆਵੇਗਾ। ਅਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਜਿਹੜੀ ਨੈਗੇਟਿਵ ਮਾਰਕਿੰਗ ਜਿਹੜੀ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਹੋਵੇਗੀ, ਮਤਲਬ ਗਲਤ ਕੁਐਸਚਨ ਦੇ ਤੁਹਾਡੇ 0.25 ਨੰਬਰ ਸੀ ਜਿਹੜੇ ਉਹ ਕੱਟੇ ਜਾਣੇ ਸੀ, ਇਹ ਫੈਸਲਾ ਉਹਨਾਂ ਨੇ ਵਾਪਸ ਲੈ ਲਿਆ। ਹੁਣ ਤੁਹਾਡੇ ਪੇਪਰ ਦੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ, ਮਤਲਬ 0.25 ਨੰਬਰ ਨਹੀਂ ਕੱਟੇ ਜਾਣਗੇ। ਹੁਣ ਤੁਸੀਂ ਆਪਣਾ ਜਿਹੜਾ ਗਰਾਊਂਡ ਵੱਲ ਧਿਆਨ ਹੈ ਉਹ ਥੋੜ੍ਹਾ ਘੱਟ ਕਰ ਦਿਉ, ਪੇਪਰ ਦੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਕਰ ਦਿਉ। ਜੇਕਰ ਤੁਸੀਂ ਪੇਪਰ ਪਾਸ ਕਰੋਗੇ ਤਾਂ ਹੀ ਅੱਗੇ ਤੁਹਾਡਾ ਫਿਜ਼ੀਕਲ ਹੋਵੇਗਾ, ਮਤਲਬ ਤੁਸੀਂ ਰਨਿੰਗ ਕਰਨਾ ਤੁਹਾਡਾ ਫਾਇਦਾ ਤਾਂ ਆਏਗਾ ਜੇ ਤੁਹਾਡਾ ਪੇਪਰ ਹੈ ਜਿਹੜਾ ਉਹ ਕਲੀਅਰ ਹੋਵੇਗਾ। ਜੇਕਰ ਤੁਸੀਂ ਘਰ ਬੈਠੇ ਵਧੀਆ ਤਰੀਕੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਇੱਕ ਐਪ ਦੱਸ ਰਹੀ ਹਾਂ, ਐਪ ਦਾ ਨਾਂ ਹੈਗਾ ਸਮਾਰਟ ਕਲਾਸਿਸ ਸੰਗਰੂਰ। ਇਹ ਤੁਸੀਂ ਆਪਣੇ ਜਿਹੜੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਆਓ ਮੈਂ ਤੁਹਾਨੂੰ ਡਾਊਨਲੋਡ ਕਰਨ ਦਾ ਅਤੇ ਉਹਨੂੰ ਚਲਾਉਣ ਦਾ ਤਰੀਕਾ ਦੱਸਦੀ ਹਾਂ। ਐਪ ਡਾਊਨਲੋਡ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੇ ਪਲੇ ਸਟੋਰ ਨੂੰ ਓਪਨ ਕਰੋ, ਤੁਸੀਂ ਉਹਦੇ ਵਿੱਚ ਸਰਚ ਕਰੋ ਸਮਾਰਟ ਕਲਾਸਿਸ, ਅਤੇ ਜਿਹੜਾ ਇਹ ਐਪ ਹੈ ਇਹ ਸਭ ਤੋਂ ਪਹਿਲੇ ਨੰਬਰ 'ਤੇ ਹੋਵੇਗਾ, ਤੁਸੀਂ ਇਹਦਾ ਲੋਗੋ ਧਿਆਨ ਨਾਲ ਦੇਖੋ। ਉਸ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਨੰਬਰ 'ਤੇ ਰਜਿਸਟਰਡ ਕਰ ਸਕਦੇ ਹੋ ਇੰਸਟਾਲ ਕਰਕੇ, ਮੈਂ ਪਹਿਲਾਂ ਹੀ ਰਜਿਸਟਰਡ ਕੀਤਾ ਹੋਇਆ। ਇਹਨੂੰ ਓਪਨ ਕਰੋ, ਐਪ ਨੂੰ ਓਪਨ ਕਰਨ ਤੋਂ ਬਾਅਦ ਹੋਮ ਸਕਰੀਨ 'ਤੇ ਇੱਕ ਤੁਹਾਨੂੰ ਦਿਖਾਈ ਦੇਵੇਗਾ ਕਾਂਸਟੇਬਲ ਦੀਆਂ ਡੈਮੋ ਕਲਾਸਾਂ ਦੇਖਣ ਲਈ, ਇੱਥੇ ਕਲਿੱਕ ਕਰੋ, ਤੁਸੀਂ ਇਹਨੂੰ ਓਪਨ ਕਰਨਾ। ਉਸ ਤੋਂ ਬਾਅਦ ਤੁਹਾਨੂੰ ਕੋਰਸ ਆਏਗਾ ਪੰਜਾਬ ਪੁਲਿਸ ਕਾਂਸਟੇਬਲ ਦਾ, ਤੁਸੀਂ ਇਹਨੂੰ ਓਪਨ ਕਰੋ ਅਤੇ ਇਹਦੇ ਨਾਲ ਹੀ ਕੰਟੈਂਟ ਦਿੱਤਾ ਹੋਇਆ। ਇਹਦੇ 'ਚ ਆਵੇਗਾ ਤੁਹਾਨੂੰ ਜੇਲ੍ਹ ਵਾਰਡਨ ਕਾਂਸਟੇਬਲ, ਅਤੇ ਅਸੀਂ ਅਦਰ ਟੋਪਿਕ ਵੀ ਦਿੱਤੇ ਹੋਏ ਆ ਕਈ, ਅਤੇ MCQ ਆਉਣਗੇ। ਅਤੇ ਜਿਹੜਾ ਇਹ ਸਾਡਾ ਸਾਰਾ ਸਿਲੇਬਸ ਹੈ ਇਹ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਕਰਵਾਇਆ, ਅਤੇ ਇਹ ਉਹ ਸਿਲੇਬਸ ਹੈ ਜਿਹੜਾ ਮਤਲਬ ਪੰਜਾਬ ਪੁਲਿਸ ਦੀ ਭਰਤੀ 'ਚ ਆਵੇਗਾ। ਅਤੇ ਤੁਸੀਂ ਅੱਗੇ ਇਹਨੂੰ ਓਪਨ ਕਰੋ ਵੀਡੀਓ ਕਲਾਸਿਸ ਨੂੰ, ਅਤੇ ਅੱਗੇ ਤੁਸੀਂ ਧਿਆਨ ਨਾਲ ਦੇਖੋ ਵੱਖ ਵੱਖ ਟੋਪਿਕ ਦਿੱਤੇ ਹੋਏ ਨੇ ਜਿਹੜੇ ਪੇਪਰ 'ਚ ਆਉਣਗੇ, ਜਰਨਲ ਨੌਲੇਜ, ਮੈਥ, ਰੀਜ਼ਨਿੰਗ, ਕੰਪਿਊਟਰ, ਇੰਗਲਿਸ਼ ਅਤੇ ਪੰਜਾਬੀ ਵਿਆਕਰਨ। ਤੁਸੀਂ ਇਹ ਜਿਹੜੀਆਂ ਮਤਲਬ ਅਸੀਂ ਕੁਛ ਕਲਾਸਾਂ ਫ੍ਰੀ ਦਿੱਤੀਆਂ ਹੋਈਆਂ ਨੇ, ਤੁਸੀਂ ਇਹ ਕਲਾਸਾਂ ਨੂੰ ਲਗਾ ਕੇ ਦੇਖ ਸਕਦੇ ਹੋ। ਮੈਂ ਤੁਹਾਨੂੰ ਇੱਕ ਕਲਾਸ ਲਾ ਕੇ ਦਿਖਾ ਦਿੰਦੀ ਹਾਂ।
ਸਸੀਕਾਲ ਜੀ ਦੋਸਤੋ ਤੁਹਾਡਾ ਸਾਰਾ ਤੇ ਤੁਸੀਂ ਅਗਰ ਮਤਲਬ ਤੁਹਾਨੂੰ ਇਹ ਕਲਾਸਸ ਵਧੀਆ ਲੱਗਦੀਆਂ ਨੇ ਤਾਂ ਤੁਸੀਂ ਇਹਨੂੰ ਕਿਸੇ ਵੀ ਢੰਗ ਨਾਲ ਪੇ ਕਰ ਸਕਦੇ ਹੋ ਗੂਗਲ ਪੇ ਕਰ ਸਕਦੇ ਹੋ ਜਾਂ ਇੱਥੋਂ ਹੀ ਡਾਹ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਇਹਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ 9855438 29 'ਤੇ ਕਾਲ ਕਰ ਸਕਦੇ ਹੋ ਜਾਂ ਇਹ ਵਟਸਐਪ ਮੈਸੇਜ ਕਰ ਸਕਦੇ ਹੋ ਜਿਹੜਾ ਇਹ ਸਾਡਾ ਸਾਰਾ ਸਿਲੇਬਸ ਹੈ ਉਹ ਬਹੁਤ ਐਕਸਪੀਰੀਅੰਸ ਟੀਚਰਾਂ ਦੁਆਰਾ ਕਰਾਇਆ ਗਿਆ ਜਿਨ੍ਹਾਂ ਦੀਆਂ ਕਈ ਤਿਆਰੀ ਕਰਕੇ ਜਿਹੜੇ ਬੱਚੇ ਨੂੰ ਵੱਖ ਵੱਖ ਪੋਸਟਾਂ 'ਤੇ ਜੋਬ ਕਰ ਰਹੇ ਨੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਹਾਂਜੀ ਮਿੱਤਰੋ ਫਿਰ ਤੁਹਾਡੇ ਵਿੱਚ ਕੌਣ ਕੌਣ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ